फिर इदा ही एक दिन ऐसा आया ही ओपन भी खेडन लग पाए अच्छा जिदा 70 खेडते खेडते। फिर हौली 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 बब्बू का भी भार थोड़ा जा 70 च वधन लग पाया। अं क्या हमें ओपन ही खेडिया करने आप 70 खेडने नहीं अं ओपन खेडन लग पाए अच्छा सारे जने। हाँ। फिर ओपन च भी ये नंबर लगन लग पाया साढ़े। अच्छा परसरामपुर की टीम वधिया होंदी सी जां इन्ना को हारदे होंदे सी ज्यादा। पिंड पद्धर ये ज्यादा खेडते होंगे परसरामपुरी अच्छा इन्ना को हार जाते होंगे जो कि सारिया टीम पिंड चल जा फिर सारिया वधिया होंदिया सी फिर कोई पता नहीं केड़ी ने किदा जाना केड़ी ने किदा जाना है ना ठीक ठीक इदा चक्कर जहा हों सारा। फिर हौली 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 मैनू इदा ही खेडते खेडते बिंदर भाजी सईदोवाल तो अपना कबड्डियां बहुत वधिया पाईयां पानी खादा कोई भी फिर उस तों बाद इन्होंने मैनूं कहिंदे वी तूं साडे नाल खेडिया कर कोई नहीं फिर मैं इन्हां नाल दशमेश क्लब च भी जाण लग पिया हौली हौली ऐसा वधिया होया बाबे की कृपा हो गई मैं इन्हां नाल कबड्डियां पाउण लग पिया जिदां वड्डियां मैनूं फिर वेट वूट मैं इन्हां ने जदों मैनूं मैचां दा कहना मैं इन्हां नाल पिंड पद्धर खिडाउणी खिडाउणी खेडते होंदे असीं पिंड पद्धर ते खेडणी कप्पां दे वी मैच खेडण लग पए हौली 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 ऐदां फिर कीरां वाली असीं मैच खेडते सी अच्छा जदों 70 ही खेडते ही जिदा 70 खेडते खेडते उत्थे ही अपना चक ढड्डे वाला आफतर सी कुत्ता रोड़के वाला कुत्ता ही टट पई वाला छिंदा है ये कितने मैच देखते सी उत्थे अच्छा मैच देखते ही ते जदों अहीं 70 खेडी ते अहीं ओपन भी खेडण लग पए अहीं खैरियां तो मैच हार गए अच्छा आओ खैरिया तो ये अपने इन्हों तो पेंकू होना तो अच्छा सैमी खरे क्वार्टर फाइनल मैच हार गए ते ए बाहर खड़े सी ते जो मैनू ना इन्होंने आवाज मारी ये आए भाई होनी मेरे लागे अच्छा जो मेरे लागे आए मैनू गांव फड़ के मैनू कहिंदे उरे आ पलवाना ਕਿਹੜਾ ਪਿੰਡ ਆ ਤੇਰਾ ਕਿਹੜਾ ਬਾਈ ਸਈਦੋਵਾਲ ਆ ਮੇਰਾ ਪਿੰਡ ਕਿੱਦਾਂ ਭਾਰ ਕਿੰਨਾ ਗਿਆ ਭਾਰ ਮੇਰਾ ਹੈਗਾ ਵਾ 68-69 ਕਿਲੋ 70 ਦੇ ਲਾਗੇ ਛਾਗੇ ਹੀ ਆ ਗੋਲੀ ਗੋਲੀ ਤੇ ਨਹੀਂ ਕਹਿੰਦੇ ਕੋਈ ਖਾਂਦੇ ਉਹ ਮੈਂ ਕਿਹਾ ਜਾ ਭਰਾ ਮੈਂ ਮਾਰਿਆ ਤੇ ਜਾ ਪਰੇ ਨੂੰ ਮੈਂ ਕਿਹਾ ਜਾ ਭਰਾ ਮੈਂ ਅੱਗੇ ਅੱਗੇ ਹੋਈ ਮੈਂ ਯਾਰ ਮੈਂ ਕਿਹਾ ਜਾ ਭਰਾ ਮੈਂ ਕਿਤੇ ਗੋਲੀ ਗੋਲੀ ਕਿਹੜੀ ਗੋਲੀ ਹੈ ਉਹ ਕਹਿੰਦੇ ਅਰੇ ਆ ਕੌਣ ਇਹਦਾ ਜਦੋਂ ਉਹਨਾਂ ਨੇ ਮੈਨੂੰ ਪੈਸੇ ਦਿੱਤੇ ਯਾਰ ਦੇ ਨੋਟ ਮੈਨੂੰ ਉਹਨਾਂ ਨੇ 7-8 ਫੜਾਏ ਮੈਂ ਕਿਹਾ ਇਹ ਭਾਵੇਂ ਇੰਨਾ ਤਾਂ ਪ੍ਰਾਈਜ ਨਹੀਂ ਹੁੰਦਾ ਇਹ ਮੈਨੂੰ ਇੰਨੇ ਪੈਸੇ ਦੇਈ ਜਾਂਦੇ ਆ ਮੁੜ ਕੇ ਜਦੋਂ ਹੈ ਨਾ ਦੂਰ ਜਿਹਾ ਚਲ ਗਏ ਮੈਨੂੰ ਕਹਿਣ ਲੱਗੇ ਵੀ ਅਸੀਂ ਪ੍ਰਮੋਟਰ ਆ ਲੈਣ ਦੇ ਅੱਛਾ ਮੈਂ ਕਿਹਾ ਠੀਕ ਆ ਭਾਜੀ ਕਹਿੰਦੇ ਯਾਰ ਇੱਕ ਸਾਨੂੰ ਮੈਚ ਦਿਖਾ ਦੇ ਦੂਰ ਮੈਂ ਕਿਹਾ ਦਿਖਾ ਦਿੰਦੇ ਭਾਜੀ ਕਿਹੜਾ ਮੈਚ ਮੈਂ ਕਿਹਾ ਕੋਈ ਕਢਾ ਲਿਆ ਤਾਂ ਮੈਂ ਖੇਡ ਲੂੰਗਾ ਜਿੱਧਰੋਂ ਮਰਜੀ ਡਰਨਾ ਨਹੀਂ ਕਹਿੰਦੇ ਤੂੰ ਇਹ ਨਾ ਕਹੀਂ ਵੀ ਤੂੰ ਵੀ ਫੜਿਆ ਜਾਊਂਗਾ ਇੱਦਾਂ ਹੋ ਜਾਊਂਗਾ ਉਹ ਕੁਦਰਤੀ ਸੁਰਖਪੁਰ ਵਾਲਾ ਆਪਣਾ ਕੀਪਾ ਕੀਪਾ ਭਾਈ ਕੀਪਾ ਤਾਂ ਸੀ ਉੱਥੇ ਤੇ ਖੀਰਾਂ ਵਾਲੀਆਂ ਨਾਲ ਸ਼ੋਅ ਮੈਚ ਸੀ ਇਹਨਾਂ ਦਾ ਅੱਛਾ ਇਹ ਕੀਪੇ ਨੂੰ ਕਿਤੇ ਇਹਨਾਂ ਨੇ ਕਿਹਾ ਹੋਊਗਾ ਉਹ ਕੀਪਾ ਕਹਿੰਦਾ ਨਹੀਂ ਮੁੰਡਾ ਹਲਕਾ ਮੇਰੇ ਕੋਲ ਰੇਡਰ ਹੈਗੇ ਆ ਅੱਛਾ ਜਦੋਂ ਇੰਨੀ ਗੱਲ ਕਹੀ ਉਹ ਕਹਿੰਦੇ ਚੱਲ ਇੱਕ ਦੋ ਕਬੱਡੀਆਂ ਪਵਾ ਦੀ ਸਾਡੇ ਮੁੰਡੇ ਦੀਆਂ ਸ਼ੋਅ ਮੈਚ ਜਾ ਹੀ ਜਿੱਦਾਂ ਉਹ ਕਹਿੰਦੇ ਚੱਲ ਦੋ ਕਬੱਡੀਆਂ ਪਵਾ ਦੀ ਇਹਦੀਆਂ ਬਸ ਫਿਰ ਜਦੋਂ ਗਰਾਊਂਡ 'ਚ ਗਏ ਆ ਫਿਰ ਉਹ ਰੇਡਰ ਸਾਨੂੰ ਜੱਪੇ ਕਹਿਣ ਇਹਦੇ ਬਾਬੇ ਦੀ ਕਿਰਪਾ ਹੀ ਨਹੀਂ ਹੋਈ ਮੇਰੀਆਂ ਵਧੀਆ ਪੈ ਗਈਆਂ ਕਬੱਡੀਆਂ ਸਾਰੀਆਂ ਤੇ ਚੱਲ ਉਹਨੇ ਨਾਲ ਮੇਰੀ ਗੱਲ ਹੋ ਗਈ ਮੁੜ ਕੇ ਮੈਨੂੰ ਉਹਨਾਂ ਨੇ ਸੱਦਿਆ ਲਾਂਬੜੇ ਫਿਰ ਉਹਨਾਂ ਨੇ ਬੁਲਾ ਦਿੱਤਾ ਫਿਰ ਮੈਂ ਇੰਗਲੈਂਡ ਗਿਆ ਜਦੋਂ
ਡਬਈ ਗਿਆ ਸੀ ਡਬਈ ਗਿਆ ਉਦੋਂ ਮੇਰਾ ਫੁੱਲ ਬੂਟਾ ਦੱਸਦਾ ਸੀ ਅੱਛਾ ਤੇ ਮੈਨੂੰ ਸੁੱਖਾ ਭਾਈ ਟੱਕਰਿਆ ਆਪਣਾ ਪੜਾਣਾ ਵਾਲਾ ਆਹ ਗੁਰਦੁਆਰੇ ਦੇ ਤੁਹਾਡੀ ਜੂਸ ਵਾਲੀਆਂ ਦੁਕਾਨਾਂ ਉੱਥੇ ਦਾ ਅੱਛਾ ਮੈਂ ਕਿਹਾ ਯਾਰ ਭਾਜੀ ਇੱਦਾਂ ਇੱਦਾਂ ਯਾਰ ਗੋਡਾ ਮੇਰਾ ਯਾਰ ਇੱਦਾਂ ਇੱਦਾਂ ਹੋ ਗਿਆ ਵਾ ਯਾਰ ਮੈਂ ਡਬਈ ਵੀ ਜਾਣਾ ਵਾ ਵੀ ਕਿੱਦਾਂ ਚੱਕਰ ਹੋਊਗਾ ਇਹ ਕਹਿੰਦਾ ਵੀ ਆਪਣੇ ਠੰਡੀ ਸੜਕ ਤੇ ਆ ਇੱਕ ਫ੍ਰੀ ਦੀ ਥਰੂਪੀ ਕਰਦਾ ਵਾ ਬੰਦਾ ਡਾਕਟਰ ਬਾਹਰੋਂ ਆਇਆ ਹੋਇਆ ਵਾ ਫਿਜ਼ੀਓਥੈਰੇਪੀ ਹਾਂ ਫ੍ਰੀ ਵੀ ਉਹਦੇ ਕੋਲ ਤੂੰ ਜਾ ਉਹ ਤੇਰਾ ਕਰ ਦੂਗਾ ਸਹੀ ਮੈਂ ਦੂਜੇ ਦਿਨ ਹੀ ਕੀ ਕੀਤਾ ਮੈਂ ਉੱਥੇ ਚਲ ਗਿਆ ਮੈਂ ਉਹਨੂੰ ਦੱਸੀ ਸਾਰੀ ਗੱਲਬਾਤ ਮੈਂ ਕਿਹਾ ਭਾਜੀ ਮੈਂ ਇੱਦਾਂ ਇੱਦਾਂ ਜਾਣਾ ਦਿਨ ਸਾਡੇ ਰਹਿ ਗਏ ਆ ਪੰਜ ਛੇ ਦਿਨ ਤੇ ਗੋਡਾ ਮੇਰਾ ਇੱਦਾਂ ਵਾ ਕਹਿੰਦਾ ਇੱਕ ਵਾਰੀ ਤਾਂ ਕਰ ਦੋ ਤੈਨੂੰ ਖੇਡਣ ਵਾਲਾ ਕੋਈ ਨੀ ਉਹਨੇ ਮੇਰੇ ਕਾਰ ਕੋਰ ਕੇ ਜੀ ਮੇਰਾ ਗੋਡਾ ਸਹੀ ਕਰਤਾ ਉਹਨੇ ਜਿੱਦਾਂ ਸੁੱਕੇ ਤਾਂ ਉਹਨੇ ਘੱਲਿਆ ਸੀ ਮੈਨੂੰ ਮੈਚ ਮੈਂ ਖੇਡਿਆ ਵਾ ਉੱਥੇ ਮੈਚ ਮੂਚ ਖੇਡਿਆ ਮੁੜ ਕੇ ਫੇਰ ਓਦਾਂ ਹੀ ਹੋ ਗਿਆ ਗੋਡਾ ਸੁੱਜ ਜਿਆਦਾ ਗਿਆ ਫੇਰ ਮੈਂ ਆ ਗਿਆ ਉੱਥੇ ਮੇਰੇ ਕੋਲ ਤੁਰਨਾ ਹੋਵੇ ਫੇਰ ਇੱਥੇ ਰੈਟ ਰੁਟ ਮਾਰ ਕੇ ਥੋੜਾ ਚਿਰ ਖੇਡੇ ਮੈਚ ਆ ਕੇ 13-14 ਚ ਵੀ ਖੇਡੇ ਮੈਚ ਮੁੜ ਕੇ 15-16 ਚ ਗੈਪ ਪੈ ਗਿਆ ਫਿਰ 17 ਚ ਖੇਡਿਆ ਵਾ 17 ਚ ਵੀ ਖੇਡਿਆ ਫਿਰ ਹੁਣ 18-19-20-21 ਆ ਗਿਆ ਵਾ 3-4 ਸਾਲਾਂ ਬਾਅਦ ਦਾ ਗੈਪ ਆ ਵੀ ਦੇਖਿਆ ਜਾਵੇ ਤੇਰਾ 4 ਸਾਲ ਦਾ ਗੈਪ ਆ ਹਾਂ 4 ਸਾਲ ਦਾ ਵਿੱਚ ਸਾਲ ਦਾ ਗੈਪ ਪੈਂਦਾ ਰਿਹਾ ਸਾਲ ਦਾ ਪੈਂਦਾ ਰਿਹਾ ਆਹ ਟੁੱਟਦਾ ਆ ਖੇਡਦੇ ਰਹੇ ਆ ਤੇ ਹੁਣ 21 ਦੇ ਵਿੱਚ ਆਪਣਾ ਇਲਾਜ ਹੋ ਗਿਆ ਵਾ ਵੀ ਇਹ ਹੀ ਆਪਾਂ ਨੂੰ ਹੁਣ ਇਲਾਜ ਹੋ ਗਿਆ ਵਾ ਹੁਣ ਆਪਣੇ ਭਰਾਵਾਂ ਦੇ ਨਾਲ ਸਾਰਿਆਂ ਦੀ ਕਿਰਪਾ ਵਾ ਨਹੀਂ ਬਸ ਬਸ ਜਿੰਨੇ ਆਪਣੇ ਵੀਰ ਭਰਾ ਵਾ ਆਪਾਂ ਇਹਨਾਂ ਨਾਲ ਵਾਅਦਾ ਕੀਤਾ ਵੀ ਗਰਾਊਂਡ ਚ ਆਉਣਾ ਕਬੱਡੀ ਤਾਂ ਮੇਰੇ ਵਿੱਚ ਹੀ ਆ ਜਿਹੜਾ ਮੈਂ ਕੰਮ ਕਰਦਾ ਰਿਹਾ ਐਵੇਂ ਥੋੜਾ ਮੈਨੂੰ 5ਵੀਂ ਚੋਂ ਮੈਂ ਹਟ ਗਿਆ ਫਿਰ ਜੇ ਪੜ੍ਹ ਲੈਂਦਾ ਤਾਂ ਚੰਗਾ ਰਹਿੰਦਾ ਪਰ ਇੱਧਰ ਨੂੰ ਹੋ ਗਿਆ ਮੈਂ ਹਨਾ ਨਹੀਂ ਨਹੀਂ ਸਹੀ ਆ ਤੇ ਫਿਰ ਓਦਾਂ ਪੜ੍ਹੇ ਲਿਖੇ ਵੀ ਨੀ ਕੋਈ ਗਿਆ ਕਿਤੇ ਬਾਹਰ ਬੂਹਰ ਤੇ ਫਿਰ ਸੈਨ ਨਾ ਕਰਨੇ ਹੁਣ ਆਹੋ ਦੱਸੀ ਤੂੰ ਗੱਲ ਉਹਨੂੰ ਆਪਾਂ ਵੀਡੀਓ ਦੱਸੀ ਹੋਈ ਸੈਨ ਨਾ ਕਰਨੇ ਹੁਣ ਭਰਾਵਾ ਤੇ ਸੈਨ ਸੂਨ ਕਿਤੇ ਮਹੀ ਭਰਾਵਾ ਸੈਨ ਹੋਏ ਦੇ ਲਾ ਉਦਾਂ ਹੀ ਆਉਂਦੇ ਮੈਨੂੰ ਕਿ ਨਹੀਂ ਉਹੀ ਬਸ ਕੱਲੇ ਸੈਨ ਵੀ ਹਸਪੀਟਲ ਵੀ ਉਦਾਂ ਹੀ ਕੀਤੇ ਸੀ ਕੱਲੇ ਸੈਨ ਹੀ ਆਉਂਦੇ ਬਸ ਚਲੋ ਕੋਈ ਨੀ ਬਾਕੀ ਕਬੱਡੀ ਤਾਂ ਆਉਂਦੀ ਆ ਸੈਨ ਵੀ ਆਉਂਦੇ ਤੇ ਕਬੱਡੀ ਵੀ ਆਉਂਦੀ ਉਹ ਆਜੂ ਹੁਣ ਹੌਲੀ ਹੌਲੀ ਜਿੱਦਾਂ ਦੁਨੀਆਂ ਨੇ ਹੋਰ ਕੁਛ ਵੀ ਸਿਖਾ ਦਿੱਤਾ ਆਪਾਂ ਨੂੰ ਹੋਰ ਜਿੱਦਾਂ ਆਪਣੇ ਭਰਾ ਜਿੰਨੇ ਪਿਆਰ ਕਰਦੇ ਆ ਆਪਾਂ ਨੂੰ ਵੀ ਆਪਾਂ ਵੀ ਉਹਨਾਂ ਨੂੰ ਦਿਲੋਂ ਪਿਆਰ ਕਰਦੇ ਆ ਜਿਨ੍ਹਾਂ ਨੇ ਮੈਨੂੰ ਇੱਥੋਂ ਤਾਈਂ ਹੁਣ ਲਿਆਂਦਾ ਵਾ ਬਸ ਇੱਕ ਮੇਰੇ ਇਹ ਆ ਵੀ ਹੁਣ ਆਪਾਂ ਡਾਕਟਰ ਨੂੰ ਦਿਖਾ ਕੇ ਵੀ ਕੀ ਇਹਦੀ ਪੋਜੀਸ਼ਨ ਆ ਕੁਛ ਵੀ ਕਰਨਾ ਜਿੱਦਾਂ ਹੁਣ ਆਪਣੇ ਦੱਸਿਆ ਵਾ ਮੁੰਡਿਆਂ ਨੇ ਵੀ ਆਪਾਂ ਨੂੰ ਨਾ ਆਪਾਂ ਆਪ ਨੀ ਕੁਛ ਵੀ ਕਰਨਾ ਅੱਗੇ ਵਾਲੇ ਕੰਮ ਨਹੀਂ ਕਰਨੇ ਮੂਰਖ ਮਤੀਆਂ ਵਾਲੇ ਨਹੀਂ ਨਹੀਂ ਉਹ ਨੀ ਮੂਰਖ ਮਤੀਆਂ ਮੈਂ ਅੱਗੇ ਕੀਤੀਆਂ ਹੋਈਆਂ ਹਨਾ ਵੀ ਮਾੜਾ ਜਿਹਾ ਸਹੀ ਹੋਣਾ ਤਾਂ ਖੇਡਣ ਚੱਲ ਜਾਣਾ ਖੇਡਣ ਚੱਲ ਜਾਣਾ ਮਾੜਾ ਜਿਹਾ ਸਹੀ ਹੋਣਾ ਖੇਡਣ ਨਹੀਂ ਨਹੀਂ ਹੁਣ ਤਾਂ ਪੂਰੀ ਰਿਕਵਰੀ ਕਰਕੇ ਪਰ ਸਹੀ ਨਹੀਂ ਹੁੰਦੇ ਭਾਵੇਂ ਮਹੀਨਾ ਇੱਕ ਹੋਰ ਬਹਿਣਾ ਪਵੇ ਜਿੱਥੋਂ ਰੈਟ ਜਿੰਨੀ 6 ਮਹੀਨੇ ਦੀ ਦੱਸੀ ਆ 6 ਮਹੀਨੇ ਤੋਂ ਭਾਵੇਂ 8 ਮਹੀਨੇ ਬਹਿਣਾ ਪਵੇ 2 ਮਹੀਨੇ ਹੋਰ ਵੱਧ ਬਹਿਣਾ ਪੈ ਜਾਵੇ ਕੋਈ ਗੱਲ ਨਹੀਂ ਜਿੰਨਾ ਚਿਰ ਡਾਕਟਰ ਕਹੂਗਾ ਵੀ ਹੁਣ ਖੇਡ ਫੇਰ ਖੇਡਣਾ ਵਾ ਜੇ ਡਾਕਟਰ ਕਹੂਗਾ ਵੀ ਇੱਦਾਂ ਕਰਨੀ ਉਦਾਂ ਹੀ ਕਰਾਂਗੇ ਆਪਾਂ ਅੱਗੇ ਮੈਂ ਚੱਲਿਆ ਵਾ ਹੋਰ ਹਿਸਾਬ ਨਾਲ ਹੁਣ ਚੱਲਣਾ ਡਾਕਟਰ ਦੀ ਸਲਾਹ ਨਾਲ ਬਾਕੀ ਦੀ ਭਿੱਖ ਨੂੰ ਵੀ ਪਤਾ ਹੀ ਆ ਇਲਾਜ ਕਿਹੜਾ ਵੀ ਏਡੇ ਆਪਰੇਸ਼ਨ ਕਰਾਉਣਾ ਕਿਤੇ ਵਾਰ ਵਾਰ ਸੌਖਾ ਵਾ ਕਿਤੇ ਸਹੀ ਗੱਲ ਆ ਹੈ ਇੱਕ ਦੀ ਵਾਰ ਜਿਹੜਾ ਹੋ ਜਾਏ ਉਹੀ ਹੁੰਦਾ ਵਾ ਮੈਂ ਤਾਂ ਕਹਿੰਦਾ ਉੱਥੇ ਕੋਈ ਪਲੇਅਰ ਜਾਵੇ ਨਾ ਇਦਾਂ ਹਨਾ ਨਹੀਂ ਨਹੀਂ ਸੱਟ ਤਾਂ ਲੱਗੇ ਨਾ ਕਿ ਸੱਟ ਤਾਂ ਲੱਗੇ ਨਾ ਯਾਰ ਕਿਸੇ ਆਪਣਾ ਵੀ ਬਚਾਅ ਕਰੋ ਤੇ ਆਪਣੇ ਨਾਲ ਦੇ ਪਲੇਅਰ ਦਾ ਵੀ ਬਚਾਅ ਕਰੋ ਹਨਾ ਬਾਕੀ ਯਾਰ ਉਹ ਕੁਦਰਤੀ ਹੁੰਦੀ ਆ ਕਿਸੇ ਦਾ ਦਿਲ ਨਹੀਂ ਕਰਦਾ ਨਾ ਸੱਟ ਲਾਉਣ ਦਾ ਪਰਮਾਤਮਾ ਦੇ ਹੱਥ ਵਾਸਿਆ ਸਾਰਾ ਕੁਝ ਬਾਕੀ ਬੰਦੇ ਇੱਥੇ ਨਾ ਸਿੱਧਵਾਲ ਮੁੰਡਾ ਸਾਡੇ ਨਾਲ ਖੇਡ ਕੇ ਗਿਆ ਅਮਨਾ ਅਸੀਂ ਰੁੜ ਕੇ ਦਾ ਅੱਛਾ ਅਸੀਂ ਇੱਥੇ ਖੇਡੇ ਹਾਂ ਆਪਣੇ ਕੀਪੇ ਨੇ ਉਹਦਾ ਟੀਮ ਬਣਾਈ ਸੀ ਟਾਂਡੇ ਵਾਲੇ ਨੇ ਅੱਛਾ ਨਾਰਵੇ ਦੀ ਟੀਮ ਸੀ ਮੈਂ ਖੜਾਈ ਮੱਤੇ ਮੁੱਤੇ ਹੋਣੀ ਮੇਰੇ ਨਾਲ ਖੇਡੇ ਉਦੋਂ ਮੇਰੇ ਨਾਲ ਅਮਨਾ ਖੇਡਣ ਆਇਆ ਮੁੜ ਕੇ ਇੰਗਲੈਂਡ ਗਿਆ ਕਿਤੇ ਖੇਡਣਾ ਉਹ ਉਹਦੇ ਪ੍ਰੈਸ ਪ੍ਰੂਸ ਕਰੇ ਲੱਗ ਗਈ ਪਤਾ ਨੀ ਕੀ ਹਜੇ ਤਾਂ ਬੰਦਾ ਮੰਜੇ ਤੇ ਪਿਆ ਵਾ
ਹੁਣ ਤੇ ਮੈਨੂੰ ਪਤਾ ਨਹੀਂ ਉਹਦਾ ਯਾਰ ਕਰਨਾ ਪਤਾ ਉਦਾਂ ਨਹੀਂ ਨਹੀਂ ਕਰਾਂਗੇ ਤੇ ਕੋਈ ਪਤਾ ਨਹੀਂ ਯਾਰ ਉਹ ਉਦਣ ਹੈਗਾ ਇੰਗਲੈਂਡ 'ਚ ਹੀ ਆ ਕੀ ਹੈਗਾ ਪਤਾ ਨਹੀਂ ਨਹੀਂ ਹੈਗਾ ਮੰਜੇ ਤੇ ਰਿਹਾ ਉਹ ਬੰਦਾ ਦੇਖ ਲਾ ਐਸੀ ਸੱਟ ਲੱਗ ਜਾਂਦੀ ਆ ਇੱਕ ਸ਼ਾਹਪੁਰ ਗਿਆ ਢਾਇਆ ਖੇਡਦਾ ਸੀ ਅੱਛਾ ਬਾਬਾ ਉਦੋਂ ਅਸੀਂ 70 ਕਿਲੋ ਖੇਡਦੇ ਹੁੰਦੇ ਸੀ ਜਦੋਂ ਜਾਫੀ ਵੀ ਮਰ ਗਿਆ ਤੇ ਰੇਡਰ ਵੀ ਮਰ ਗਿਆ ਅੱਛਾ ਇੱਦਾਂ ਦੇ ਵੀ ਚਾਂਸ ਹੋ ਜਾਂਦੇ ਆ ਇਹ ਸਾਡੇ ਅੱਖਾਂ ਦੇ ਸਾਹਮਣੇ ਦਾ ਕੰਮ ਆ ਇਹ ਅੱਛਾ ਸੱਟ ਲੱਗੀ ਕਹਿੰਦੇ ਇਹਦੇ ਮਣ ਕੇ ਟੁੱਟ ਗਏ ਆ ਤੇ ਇੱਦਾਂ ਹੋ ਗਈ ਆ ਜਿਹੜੇ ਗਿਆਨੀ ਨੇ ਉੱਧਰ ਦਾ ਹਿਮਾਲਵੇ ਵੱਲ ਦਾ ਉਹ ਕਹਿੰਦੇ ਸਹੀ ਆ ਉਹ ਵੀ ਦੂਜੇ ਦਿਨ ਜਾ ਕੇ ਮਰ ਗਿਆ ਅੱਛਾ ਦੇਖ ਲਾ ਇੱਦਾਂ ਹੋ ਜਾਂਦੀ ਆ ਅੱਖੀ ਦੇਖਣ ਦੀ ਗੱਲ ਦੇਖਣ ਦੀ ਇਹ ਢਾਏ ਹੋਣਾ ਉਦੋਂ ਵਧੀਆ ਹੁੰਦੇ ਇਹ ਅਸੀਂ 70 ਖੇਡਦੇ ਹੁੰਦੇ